ਇਹ ਤਸਵੀਰਾਂ ਦੇ ਜ਼ਰੀਏ ਦੇਖੋ ਕਿ ਇੱਥੇ ਸ਼ਾਨਦਾਰ ਵਿਦਿਆਰਥੀ ਜਿਹੜੇ ਨੇ ਕਿਤਾਬਾਂ ਪੜ੍ਹ ਰਹੇ ਨੇ। ਪਹਿਲਾਂ ਪੰਜਾਬੀ ਜਿਹੜੇ ਨੇ ਕਿਤਾਬਾਂ ਵੀ ਪੜ੍ਹਦੇ ਸੀ, ਆਪਣੇ ਵਿਰਸੇ ਨੂੰ ਵੀ ਜਾਣਦੇ ਸੀ, ਲੇਕਿਨ ਜਦੋਂ ਇੰਟਰਨੈਟ ਆ ਗਿਆ, ਜਦੋਂ ਮੋਬਾਈਲ ਆ ਗਏ ਤਾਂ ਕਿਤਾਬਾਂ ਤੋਂ ਦੂਰ ਹੋ ਗਏ। ਪਹਿਲੀ ਨਜ਼ਰ 'ਚ ਜਦੋਂ ਕੈਮਰੇ ਦੇ ਜ਼ਰੀਏ ਤੁਸੀਂ ਦੇਖੋਗੇ ਤਾਂ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋਏਗਾ ਕਿ ਇਹ ਕਿਹੜੀ ਜਗ੍ਹਾ ਹੈ, ਕਿੱਥੇ ਇੰਨੇ ਸ਼ਾਂਤ ਮਾਹੌਲ ਦੇ ਵਿੱਚ ਵਿਦਿਆਰਥੀ ਪੜ੍ਹ ਰਹੇ ਨੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਪੰਕਜ ਕਪਾਹੀ ਔਰ ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ। ਇਸ ਵੇਲੇ ਪੰਜਾਬ ਦੀ ਮੈਂ ਇੱਕ ਤਸਵੀਰ ਦਿਖਾਉਣਾ ਚਾਹੂੰਗਾ। ਸਭ ਤੋਂ ਪਹਿਲਾਂ ਉਹ ਤਸਵੀਰ ਦਿਖਾ ਦਿੰਦਾ, ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗਾ ਕਿ ਇਸ ਵੇਲੇ ਮੈਂ ਕਿਸ ਜਗ੍ਹਾ ਦੇ ਉੱਤੇ ਖੜਾ ਵਾਂ। ਇਹ ਤਸਵੀਰਾਂ ਦੇ ਜ਼ਰੀਏ ਦੇਖੋ ਕਿ ਇੱਥੇ ਸ਼ਾਨਦਾਰ ਵਿਦਿਆਰਥੀ ਜਿਹੜੇ ਨੇ ਕਿਤਾਬਾਂ ਪੜ੍ਹ ਰਹੇ ਨੇ ਔਰ ਬਹੁਤ ਸੋਹਣਾ ਮਾਹੌਲ ਜਿਹੜਾ ਵਾ ਇੱਥੇ ਨਜ਼ਰ ਆ ਰਿਹਾ। ਹਾਲਾਂਕਿ ਪਹਿਲਾਂ ਪੰਜਾਬੀ ਜਿਹੜੇ ਨੇ ਕਿਤਾਬਾਂ ਵੀ ਪੜ੍ਹਦੇ ਸੀ, ਆਪਣੇ ਵਿਰਸੇ ਨੂੰ ਵੀ ਜਾਣਦੇ ਸੀ, ਲੇਕਿਨ ਜਦੋਂ ਇੰਟਰਨੈਟ ਆ ਗਿਆ, ਜਦੋਂ ਮੋਬਾਈਲ ਆ ਗਏ ਤਾਂ ਕਿਤਾਬਾਂ ਤੋਂ ਦੂਰ ਹੋ ਗਏ ਔਰ ਮੋਬਾਈਲ ਦੀ ਦੁਨੀਆਂ 'ਚ, ਗੂਗਲ ਦੀ ਦੁਨੀਆਂ ਦੇ ਵਿੱਚ ਖੋ ਗਏ ਔਰ ਕਿਤਾਬਾਂ ਤੋਂ ਬੇਹੱਦ ਦੂਰ ਹੋ ਗਏ। ਇੱਕ ਵਾਰ ਫਿਰ ਮੈਂ ਸੁਖਜਿੰਦਰ ਨੂੰ ਕਹੂੰਗਾ ਕਿ ਫੁੱਲ ਫਰੇਮ ਤਸਵੀਰ ਦਿਖਾਓ ਔਰ ਪਹਿਲੀ ਨਜ਼ਰ ਦੇ ਵਿੱਚ ਤੁਹਾਨੂੰ ਇਹ ਕੋਈ ਕੈਫੇ ਨਜ਼ਰ ਆ ਰਿਹਾ ਹੋਏਗਾ ਜਿੱਥੇ ਕਿਤਾਬਾਂ ਦੇ ਪੜ੍ਹਨ ਦੇ ਨਾਲ ਨਾਲ ਸ਼ਾਇਦ ਕੌਫੀ ਮਿਲਦੀ ਹੋਵੇ, ਜਾਂ ਤੁਹਾਨੂੰ ਪ੍ਰਾਈਵੇਟ ਲਾਇਬ੍ਰੇਰੀ ਨਜ਼ਰ ਆ ਰਹੀ ਹੋਏਗੀ। ਜੋ ਪਹਿਲੀ ਤਸਵੀਰ ਨਜ਼ਰ ਆਉਂਦੀ ਹੈ ਜਿਸ ਤਰੀਕੇ ਨਾਲ ਸ਼ਾਨਦਾਰ ਸੋਫੇ ਨੇ ਜਾਂ ਜਿਸ ਤਰੀਕੇ ਦੇ ਨਾਲ ਮਾਹੌਲ ਜਿਹੜਾ ਇੱਥੇ ਨਜ਼ਰ ਆ ਰਿਹਾ ਵੈ, ਪਹਿਲੀ ਨਜ਼ਰ 'ਚ ਜਦੋਂ ਕੈਮਰੇ ਦੇ ਜ਼ਰੀਏ ਤੁਸੀਂ ਦੇਖੋਗੇ ਤਾਂ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋਏਗਾ ਕਿ ਇਹ ਕਿਹੜੀ ਜਗ੍ਹਾ ਹੈ ਜਿੱਥੇ ਇੰਨੇ ਸ਼ਾਂਤ ਮਾਹੌਲ ਦੇ ਵਿੱਚ ਵਿਦਿਆਰਥੀ ਪੜ੍ਹ ਰਹੇ ਨੇ। ਪ੍ਰਾਈਵੇਟ ਕੈਫੇ ਹੋ ਸਕਦਾ ਜਾਂ ਪ੍ਰਾਈਵੇਟ ਕੋਈ ਲਾਇਬ੍ਰੇਰੀ ਹੋ ਸਕਦੀ ਹੈ। ਔਰ ਤਸਵੀਰਾਂ ਦੇ ਜ਼ਰੀਏ ਦੇਖੋ ਕਿ ਨਾਲ ਦੀ ਨਾਲ ਕਿਤਾਬਾਂ ਦੇ ਕੰਪਿਊਟਰ ਦਾ ਗਿਆਨ ਲੈਣ ਦੇ ਲਈ ਇੱਥੇ ਇੰਟਰਨੈਟ ਦੇ ਜ਼ਰੀਏ ਵੀ ਦੁਨੀਆਂ ਭਰ 'ਚ ਕੀ ਹੋ ਰਿਹਾ ਉਹ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਸ ਪਾਸੇ ਦੇਖੋ ਕਿਤਾਬਾਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ, ਅਮੂਮਨ ਪੰਜਾਬੀ ਕਿਤਾਬਾਂ, ਅੰਗਰੇਜ਼ੀ ਕਿਤਾਬਾਂ, ਵੱਖੋ ਵੱਖ ਰਾਈਟਰ ਦੀਆਂ ਕਿਤਾਬਾਂ, ਪੰਜਾਬ ਦੇ ਇਤਿਹਾਸ ਦੀਆਂ ਕਿਤਾਬਾਂ, ਦੁਨੀਆਂ 'ਚ ਕੀ ਕੁਛ ਹੋ ਰਿਹਾ ਉਸ ਬਾਬਤ ਕਿਤਾਬਾਂ। ਔਰ ਇਸ ਵੇਲੇ ਇਹ ਤਸਵੀਰ ਦੇਖੋ ਕਿ ਇੱਥੇ ਸਿਰਫ ਤੁਹਾਨੂੰ ਪੰਜਾਬੀ ਰਾਈਟਰ ਹੀ ਨਜ਼ਰ ਆਉਣਗੇ ਜਿਨ੍ਹਾਂ ਦੀਆਂ ਕਿਤਾਬਾਂ ਪਈਆਂ, ਚਾਹੇ ਸੁਰਜੀਤ ਪਾਤਰ ਹੋਣ, ਚਾਹੇ ਦਰਸ਼ਨ ਸਿੰਘ ਹੋਰੀ ਹੋਣ, ਜਾਂ ਫਿਰ ਸੰਤੋਖ ਸਿੰਘ ਜੱਸੀ ਹੋਰੀ ਹੋਣ, ਅਜੀਤ ਰਾਹੀ ਹੋਰੀ ਹੋਣ, ਤਮਾਮ ਰਾਈਟਰ, ਇੱਕ ਇੱਕ ਰਾਈਟਰ ਦੀ ਕਿਤਾਬਾਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ। ਤਾਂ ਹੁਣ ਤੱਕ ਤੁਸੀਂ ਅੰਦਾਜ਼ਾ ਲਗਾ ਲਿਆ ਹੋਏਗਾ ਕਿ ਮੈਂ ਕਿਸ ਜਗ੍ਹਾ ਦੇ ਉੱਤੇ ਹਾਂ, ਕਿਸ ਥਾਂ ਦੇ ਉੱਤੇ ਹਾਂ। ਚਲੋ ਇਹ ਤੁਹਾਡੇ 'ਤੇ, ਤੁਸੀਂ ਵੱਖੋ ਵੱਖ ਅੰਦਾਜ਼ੇ ਲਗਾ ਰਹੇ ਹੋਵੋਗੇ, ਲੇਕਿਨ ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਸੀਂ ਹੈ ਕਿੱਥੇ। ਇਸ ਵੇਲੇ ਮੈਂ ਪੰਜਾਬ ਦੇ ਇੱਕ ਪਿੰਡ ਦੀ ਸਰਕਾਰੀ ਲਾਇਬ੍ਰੇਰੀ ਦੇ ਵਿੱਚ ਮੌਜੂਦ ਹਾਂ। ਇਹ ਪਿੰਡ ਜਿਹੜਾ ਲੁਧਿਆਣੇ ਦੇ ਵਿੱਚ ਆਉਂਦਾ, ਇਸਰੂ ਪਿੰਡ ਹੈ। ਇਸਰੂ ਹੋਰਾਂ ਦੀ ਜਿਹੜੀ ਦੇਸ਼ ਦੇ ਲਈ, ਪੰਜਾਬ ਦੇ ਲਈ ਕੁਰਬਾਨੀ ਰਹੀ ਹੈ, ਜਿਸ ਤਰੀਕੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਵੈ, ਤਾਂ ਇਸ ਪਿੰਡ ਦੇ ਵਿੱਚ ਲਾਜ਼ਮੀ ਸੀਗਾ ਕਿ ਉੱਥੋਂ ਦੇ ਵਿਦਿਆਰਥੀ ਬੇਹੱਦ ਸ਼ਾਨਦਾਰ ਹੋਣਗੇ ਔਰ ਬੇਹੱਦ ਸੋਹਣੇ ਤਰੀਕੇ ਨਾਲ ਪੜ੍ਹ ਰਹੇ ਨੇ। ਤਾਂ ਇਹ ਇੱਕ ਪ੍ਰਾਈਵੇਟ ਕੋਈ ਲਾਇਬ੍ਰੇਰੀ ਨਹੀਂ ਹੈ, ਇਹ ਸਰਕਾਰੀ ਲਾਇਬ੍ਰੇਰੀ ਹੈ ਜੋ ਸਰਕਾਰ ਦੇ ਵੱਲੋਂ ਬਣਾਈ ਗਈ ਹੈ। ਕਿਉਂਕਿ ਇਸ ਵੇਲੇ ਜਿੱਥੇ ਵਿਦਿਆਰਥੀ ਜਾਂ ਨੌਜਵਾਨ ਨਸ਼ੇ ਵਾਲੇ ਪਾਸੇ ਜਾ ਰਹੇ ਨੇ ਜਾਂ ਦੇਸ਼ ਛੱਡ ਕੇ ਵਿਦੇਸ਼ਾਂ ਵਾਲੇ ਪਾਸੇ ਜਾ ਰਹੇ ਨੇ ਜਾਂ ਵੈਸਟਰਨ ਕਲਚਰ ਉਹਨਾਂ ਦੇ ਉੱਤੇ ਹਾਵੀ ਹੋ ਰਿਹਾ, ਤਾਂ ਉਸ ਵੇਲੇ ਇਹ ਕੋਸ਼ਿਸ਼ ਹੈ
ਕਿ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਨਾਲ ਜੋੜਿਆ ਜਾਵੇ, ਵਿਦਿਆਰਥੀਆਂ ਨੂੰ ਆਪਣੇ ਲਿਟਰੇਚਰ ਦੇ ਨਾਲ ਜੋੜਿਆ ਜਾਵੇ, ਤਾਂ ਇਸ ਵੇਲੇ ਇੱਕ ਸਰਕਾਰੀ ਲਾਇਬ੍ਰੇਰੀ ਪਿੰਡ ਦੇ ਵਿੱਚ ਬਣਾਈ ਗਈ ਹੈ। ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਲਾਇਬ੍ਰੇਰੀ ਬਾਰੇ ਉਹਨਾਂ ਦਾ ਕੀ ਕਹਿਣਾ ਔਰ ਕਿਤਾਬਾਂ ਪੜ੍ਹਨ ਦਾ ਇੰਟਰਸਟ ਹੈ ਜਾਂ ਫਿਰ ਗੂਗਲ ਬਾਬਾ ਦੇ ਜ਼ਰੀਏ ਹੀ ਸਭ ਕੁਝ ਜਾਣਨਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਤੁਹਾਡਾ? ਸਰ, ਮੇਰਾ ਨਾਮ ਹਰਪ੍ਰੀਤ ਕੌਰ ਹੈ। ਹਰਪ੍ਰੀਤ, ਕਿਹੜੀ ਕਲਾਸ ਹੋ ਤੁਸੀਂ? ਸਰ, ਮੈਂ ਪਲੱਸ ਵਨ ਕਮਰਸ ਦੀ ਵਿਦਿਆਰਥਣ ਹਾਂ। ਔਰ ਕਿਹੜੀ ਕਿਤਾਬ ਪੜ੍ਹ ਰਹੇ ਹੋ? ਚੰਗੇ ਦਿਨਾਂ ਦੀ ਉਡੀਕ ਕਿਤਾਬ ਪੜ੍ਹ ਰਹੀ ਸਰ ਮੈਂ। ਕਿਤਾਬਾਂ ਮੂਮੈਂਟ ਪੜ੍ਹਦੇ ਹੋ ਜਾਂ ਗੂਗਲ ਦਾ ਸਹਾਰਾ ਲੈਂਦੇ ਹੋ? ਨਹੀਂ, ਮੈਂ ਕਿਤਾਬਾਂ ਪੜ੍ਹਦੀ ਸਰ। ਕਿਤਾਬਾਂ ਪੜ੍ਹਦੇ? ਹਾਂਜੀ। ਔਰ ਪਿੰਡ ਦੇ ਵਿੱਚ ਜਦੋਂ ਇਸ ਤਰੀਕੇ ਦੀ ਲਾਇਬ੍ਰੇਰੀ ਬਣੀ ਹੈ ਕਿਵੇਂ ਲੱਗ ਰਿਹਾ? ਸਰ, ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਜਿਹੜਾ ਟਾਈਮ ਆਪਾਂ ਘਰ ਜਾ ਕੇ ਫੋਨ 'ਤੇ ਆਪਾਂ ਵੇਸਟ ਕਰਦੇ ਹਾਂ, ਉਹ ਹੁਣ ਇਸ ਲਾਇਬ੍ਰੇਰੀ ਬਣਨ ਤੋਂ ਬਾਅਦ ਆਪਾਂ ਇੱਥੇ ਕਿਤਾਬਾਂ 'ਤੇ ਹੋਰ ਨੌਲੇਜ ਜਿਹੜੇ ਕਿ ਹੋਰ ਪੇਪਰ ਆਉਣਗੇ ਹੈ ਨਾ, ਉਹ ਕਲੀਅਰ ਕਰਕੇ ਆਪਾਂ ਹੋਰ ਨੌਲੇਜ ਲੈ ਕੇ ਅੱਗੇ ਆਪਾਂ ਕਰੀਅਰ ਬਾਰੇ ਆਪਾਂ ਨੌਲੇਜ ਲੈ ਸਕਦੇ ਹਾਂ। ਲਾਇਬ੍ਰੇਰੀ ਕੀ ਬਣਨਾ ਚਾਹੁੰਦੇ ਹੋ ਤੁਸੀਂ? ਇੰਟਰਨੈਸ਼ਨਲ ਫੁੱਟਬਾਲ ਪਲੇਅਰ ਬਣਨਾ ਚਾਹੁੰਦੇ ਹਾਂ। ਫੁੱਟਬਾਲ ਪਲੇਅਰ? ਹਾਂਜੀ। ਖੇਡਾਂ ਵੀ ਜ਼ਰੂਰੀ ਨੇ? ਹਾਂਜੀ ਸਰ, ਖੇਡਾਂ ਵੀ ਜ਼ਰੂਰੀ ਨੇ। ਤੁਹਾਡਾ ਕੀ ਨਾਮ ਹੈ? ਮਨਪ੍ਰੀਤ ਕੌਰ। ਮਨਪ੍ਰੀਤ, ਕਿਹੜੀ ਕਲਾਸ ਹੋ? ਪਲੱਸ ਟੂ ਕਮਰਸ। ਪਲੱਸ ਟੂ। ਕਿਹੜੀ ਕਿਤਾਬ ਪੜ੍ਹ ਰਹੇ ਹੋ? ਸੁਪਨਿਆਂ ਦੀ ਕਵਰ। ਸੁਪਨੇ, ਤੁਹਾਡੇ ਸੁਪਨੇ ਕੀ ਕਹਿੰਦੇ? ਮੇਰੇ ਸੁਪਨੇ ਇਹ ਹੈ ਨਾ, UPSC ਕਲੀਅਰ ਕਰਨਾ। UPSC ਕਲੀਅਰ ਕਰਨਾ। ਪਿੰਡ 'ਚ ਇਸ ਤਰੀਕੇ ਦੀ ਲਾਇਬ੍ਰੇਰੀ ਬਣਨ ਨਾਲ ਕਿੰਨਾ ਫਾਇਦਾ ਹੋਏਗਾ? ਇਹਨਾਂ ਸਾਡੀ ਨੌਲੇਜ ਦੇ ਜਿਵੇਂ ਕਿ ਅਸੀਂ ਐਗਜ਼ਾਮਸ ਅੱਗੇ ਦੇਣੇ, ਉਹਦੇ ਲਈ ਅਸੀਂ ਪ੍ਰੀਪਰੇਸ਼ਨ ਕਰ ਸਕਦੇ ਹਾਂ। ਹਾਂਜੀ। ਤੁਹਾਡਾ ਕੀ ਨਾਮ ਬੇਟਾ? ਮਾਈਸੈਲਫ ਆਕਾਸ਼ਦੀਪ ਕੌਰ। ਆਕਾਸ਼, ਕਿਹੜੀ ਕਿਤਾਬ ਤੁਸੀਂ ਪੜ੍ਹ ਰਹੇ ਹੋ? ਸਿਲੈਕਟ ਕਰੈਕ ਕੰਪੀਟੀਟਿਵ ਐਗਜ਼ਾਮਸ। ਅਮੂਮਨ ਪੜ੍ਹਦੇ ਹੋ ਕਿਤਾਬਾਂ ਜਾਂ ਮੋਬਾਈਲ ਦਾ ਸਹਾਰਾ ਜਾਂ ਕੰਪਿਊਟਰ ਦਾ ਸਹਾਰਾ ਲੈਂਦੇ? ਸਰ, ਮੇਰੀਆਂ ਹੌਬੀਜ਼ ਨੇ ਰੀਡਿੰਗ ਬੁੱਕਸ, ਸਪੈਸ਼ਲੀ ਨੋਵਲ ਰੀਡਿੰਗਸ। ਨੋਵਲ ਰੀਡ ਕਰਦੇ ਹੋ? ਜੀ। ਤੇ ਸੁਪਨੇ ਕੀ ਹੈ ਤੁਹਾਡੇ? ਸਰ, CA ਕਰੈਕ ਕਰਨੀ ਹੈ। ਮੈਂ ਚੰਡੀਗੜ੍ਹ ਜਾਂ ਕਈ ਥਾਵਾਂ ਤੇ ਦੇਖਦੇ ਹੋਵੋਗੇ ਜਾਂ ਵਿਦੇਸ਼ਾਂ ਦੇਖਦੇ ਹੋਵੋਗੇ ਕਿ ਲਾਇਬ੍ਰੇਰੀਆਂ ਹੁੰਦੀਆਂ ਨੇ ਔਰ ਉੱਥੇ ਕਈ ਵਾਰ ਲੱਗਦਾ ਕਿ ਪਿੰਡ ਅਸੀਂ ਪਿਛੜ ਗਏ, ਇਸ ਤਰੀਕੇ ਦੀ ਲਾਇਬ੍ਰੇਰੀ ਨਾਲ ਕਿੰਨਾ ਫਾਇਦਾ? ਬਹੁਤ ਫਾਇਦਾ ਹੈ ਜੀ। ਜਿਵੇਂ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਫਸਟ ਆਫ ਆਲ ਸਾਡੇ ਪਿੰਡ ਦੇ ਵਿੱਚ ਲਾਇਬ੍ਰੇਰੀ ਖੋਲ੍ਹ ਕੇ, ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਹੁਣ ਅਸੀਂ ਵੀ ਡੇਲੀ ਬੇਸਿਸ ਤੇ ਇੱਥੇ ਆਇਆ ਕਰਾਂਗੇ ਤੇ ਬੁੱਕ ਰੀਡਿੰਗ ਕਰਿਆ ਕਰਾਂਗੇ, ਕਿਤਾਬਾਂ ਨਾਲ ਦੋਸਤੀ ਪਾਵਾਂਗੇ। ਕਿਤਾਬਾਂ ਨਾਲ ਤੁਸੀਂ ਵੀ ਦੋਸਤੀ ਪਾਈ? ਕਿਹੜੀ ਕਿਤਾਬ ਪੜ੍ਹ ਰਹੇ? ਰਾਤ ਬਾਕੀ ਹੈ ਸਰ। ਕਿਹੜੀ ਪੜ੍ਹ ਰਹੇ? ਰਾਤ ਬਾਕੀ ਹੈ। ਰਾਤ ਬਾਕੀ? ਹਾਂਜੀ। ਤੇ ਤੁਸੀਂ ਕੀ ਬਣਨਾ ਚਾਹੁੰਦੇ ਹੋ? ਸਰ, ਮੈਂ CA। CA ਬਣਨਾ? ਹਾਂਜੀ, CA। ਤੇ ਪਿੰਡਾਂ 'ਚ ਅਮੂਮਨ ਹੁੰਦਾ ਹੈ ਕਿ ਸਕੂਲ ਦੂਰ ਹੁੰਦੇ ਹੈ ਜਾਂ ਉਸ ਤਰੀਕੇ ਦਾ ਮਾਹੌਲ ਨਹੀਂ ਹੁੰਦਾ, ਕੁੜੀਆਂ ਨੂੰ ਉਸ ਤਰੀਕੇ ਨਾਲ ਕਈ ਵਾਰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ, ਇਸ ਤਰੀਕੇ ਦੀ ਲਾਇਬ੍ਰੇਰੀ ਔਰ ਮਾਹੌਲ ਕੀ ਕਹਿੰਦਾ? ਸਰ, ਇਸ ਲਾਇਬ੍ਰੇਰੀ 'ਚ ਅਸੀਂ ਇਹਨਾਂ ਚੀਜ਼ਾਂ ਬਾਰੇ ਨੌਲੇਜ ਕ੍ਰੀਏਟ ਕਰ ਸਕਦੇ ਹਾਂ ਜੋ ਅਸੀਂ ਕਰਨਾ ਚਾਹੁੰਦੇ ਹਾਂ ਆਪਣੀ ਲਾਈਫ 'ਚ। ਹਾਂਜੀ, ਤੇ ਅਸੀਂ ਮਤਲਬ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵਧੀਆ, ਮਤਲਬ ਕਿ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਨੇ ਇੱਥੇ ਲਾਇਬ੍ਰੇਰੀ ਬਣਵਾਈ, ਕਿਉਂਕਿ ਮੇਰਾ ਵੀ ਇਕਚੁਲੀ ਇਹ ਹੌਬੀ ਹੈ ਕਿ ਲਾਇਬ੍ਰੇਰੀ 'ਚ ਬੈਠ ਕੇ ਬੁੱਕਸ ਰੀਡਿੰਗਸ ਕਰਨ ਦੀ, ਤੇ ਮਤਲਬ ਕਿ ਜੋ ਆਪਾਂ ਫੋਨ ਦੇ ਟਾਈਮ ਵੇਸਟ ਕਰਦੇ ਹਾਂ ਉਹਦੇ ਨਾਲ ਇਹ ਚੀਜ਼ ਬਹੁਤ ਚੰਗੀ ਹੈ ਕਿ ਲਾਇਬ੍ਰੇਰੀ 'ਚ ਬੈਠ ਕੇ ਅਸੀਂ ਨੌਲੇਜ ਕ੍ਰੀਏਟ ਕਰੀਏ, ਨੌਲੇਜ ਗੇਨ ਕਰੀਏ, ਆਉਣ ਵਾਲੇ ਕੰਪੀਟੀਸ਼ਨਸ ਵਿੱਚ ਮਤਲਬ ਅਸੀਂ ਆਪਣੀ ਤਰੱਕੀ ਹਾਸਲ ਕਰ ਸਕੀਏ। ਸ਼ਾਬਾਸ਼, ਬਹੁਤ ਚੰਗਾ ਲੱਗਾ। ਤੁਸੀਂ ਕੰਪਿਊਟਰ ਜਾਂ ਮੋਬਾਈਲ ਕਿੰਨੀ ਦੇਰ ਇਸਤੇਮਾਲ ਕਰਦੇ ਹੋ? ਲਾਇਬ੍ਰੇਰੀ ਚ ਆ ਕੇ ਪੜ੍ਹਿਆ ਕਰੋਗੇ ਜਾਂ ਘਰੇ ਪੜ੍ਹਦੇ ਹੋ? ਨਹੀਂ, ਲਾਇਬ੍ਰੇਰੀ ਚ ਆ ਕੇ ਪੜ੍ਹ ਲਿਆ ਕਰਾਂਗੇ, ਨਹੀਂ ਤਾਂ ਜੀ ਘਰੇ ਪੜ੍ਹ ਲਿਆ ਕਰਾਂਗੇ। ਔਰ ਮਾਹੌਲ ਕਿਵੇਂ ਦਾ ਲੱਗ ਰਿਹਾ ਹੈ? ਤੇ ਪਹਿਲੀ ਨਜ਼ਰ 'ਚ ਇਦਾਂ ਲੱਗਦਾ ਜਿਵੇਂ ਕੋਈ ਪ੍ਰਾਈਵੇਟ ਲਾਇਬ੍ਰੇਰੀ ਹੋਵੇ। ਹਾਂਜੀ, ਬਹੁਤ ਅੱਛਾ ਲੱਗ ਰਿਹਾ ਸਾਨੂੰ, ਆ ਲਾਇਬ੍ਰੇਰੀ 'ਚ ਪੜ੍ਹਨ ਮੌਕਾ ਮਿਲ ਰਿਹਾ। ਤੁਸੀਂ ਕੀ ਬਣਨਾ ਚਾਹੁੰਦੇ ਹੋ? ਅਸੀਂ ਫੁੱਟਬਾਲ ਪਲੇਅਰ ਬਣਨਾ ਚਾਹੁੰਦੇ ਹਾਂ। ਹਾਂਜੀ, ਤੁਸੀਂ ਕੀ ਬਣਨਾ ਚਾਹੁੰਦੇ ਹੋ? ਪੁਲਿਸ। ਹਾਂਜੀ, ਪੁਲਿਸ। ਪੁਲਿਸ ਵਿੱਚ ਜਾਣਾ ਚਾਹੁੰਦੇ ਹੋ? ਤੁਸੀਂ ਕੀ ਬੇਟਾ ਬਣਨਾ ਚਾਹੁੰਦੇ ਹੋ? ਪੁਲਿਸ। ਪੁਲਿਸ ਵਿੱਚ ਜਾਣਾ ਚਾਹੁੰਦੇ ਹੋ? ਅਮੂਮਨ ਹੁੰਦਾ ਹੈ ਕਿ ਮਾਹੌਲ ਉਸ ਤਰੀਕੇ ਦਾ ਨਹੀਂ ਹੁੰਦਾ, ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਦੀ ਲਾਇਬ੍ਰੇਰੀ ਨਾਲ ਲਾਹਾ ਮਿਲੇਗਾ? ਬਹੁਤ ਲਾਹਾ ਮਿਲੇਗਾ, ਫੋਨ
ਉਹਨਾਂ ਨਾਲ ਵਧੀਆ ਟਾਈਮ ਸਪੈਂਡ ਕੀਤਾ ਜਾਂਦਾ। ਇਹ ਦੇਖੋ ਕਿ ਮਾਹੌਲ ਕਿਸ ਤਰੀਕੇ ਦਾ, ਸੰਤ ਰਾਮ ਉਦਾਸੀ ਹੋਰਾਂ ਦੀ ਕਿਤਾਬ ਵੀ ਪਈ ਔਰ ਸੁਰਜੀਤ ਪਾਤਰ ਹੋਰਾਂ ਦੀ ਵੀ ਪਈ ਹੈ। ਬੇਟਾ ਕਿਹੜੀ ਕਿਤਾਬ ਪੜ੍ਹ ਰਹੇ ਹੋ ਤੁਸੀਂ? ਭੱਜੀਆਂ ਬਾਹਾਂ। ਅਮੂਮਨ ਪੜ੍ਹਦੇ ਹੋ? ਹਾਂਜੀ। ਸਕੂਲ 'ਚ ਕਈ ਵਾਰ ਹੁੰਦਾ ਹੈ ਕਿ ਛੁੱਟੀ ਵੇਲੇ ਦਿਨ ਜਾਂ ਕਈ ਵਾਰ ਕਿਤਾਬਾਂ, ਅੱਜ ਕੱਲ੍ਹ ਦੇ ਬੱਚੇ ਪੜ੍ਹਦੇ ਨਹੀਂ ਹੈ। ਹਾਂਜੀ, ਕਈ ਬੱਚੇ ਨਹੀਂ ਪੜ੍ਹਦੇ ਕਿਤਾਬਾਂ, ਪਰ ਕਈ ਬੱਚੇ ਬੁੱਕਾਂ ਪੜ੍ਹਦੇ ਆ, ਉਹਨਾਂ ਦਾ ਇੰਟਰਸਟ ਹੁੰਦਾ ਬੁੱਕਾਂ 'ਚ। ਜ਼ਿਆਦਾਤਰ ਆਪਾਂ ਗੂਗਲ 'ਤੇ ਦੇਖ ਲਈਦਾ ਕੀ ਕੁਛ ਹੈਗਾ। ਹਾਂਜੀ। ਹੁਣ ਕਿਹੜੀ ਕਿਤਾਬ ਪੜ੍ਹ ਰਹੇ ਹੋ? ਸੁੱਕਾ ਪੱਤਾ ਤੇ ਹਵਾ। ਠੀਕ ਹੈ, ਤੁਸੀਂ ਕਿਹੜੀ ਕਿਤਾਬ ਪੜ੍ਹ ਰਹੇ ਹੋ? ਬੈਠੇ ਗੱਲਬਾਤ ਵੀ ਕਰ ਲੈਂਦੇ ਆ। ਜ਼ਿਆਦਾਤਰ ਮੁੰਡੇ ਮੋਬਾਈਲਾਂ 'ਚ ਜਾਂ ਕੰਪਿਊਟਰ 'ਚ ਹੁੰਦੇ ਆ, ਤੁਸੀਂ ਕਿਤਾਬ ਪੜ੍ਹਦੇ ਹੋ ਜਾਂ ਵੈਸੇ ਹੀ ਆਏ ਹੋ? ਪੜ੍ਹਦੇ ਹੋ? ਕਿਹੜੀ ਕਿਤਾਬ ਪੜ੍ਹ ਰਹੇ ਹੋ? ਮੌਕਾ ਨਾ ਗਵਾਓ। ਠੀਕ ਹੈ, ਕੀ ਲੱਗਦਾ ਮਾਹੌਲ ਇਸ? ਅਮੂਮਨ ਪਿੰਡਾਂ 'ਚ ਲਾਇਬ੍ਰੇਰੀ ਨਹੀਂ ਹੁੰਦੀ ਔਰ ਕਈ ਵਾਰ ਪਿੰਡਾਂ ਦੇ ਬੱਚੇ ਜਿਹੜੇ ਨੇ ਉਹ ਕਹਿੰਦੇ ਯਾਰ ਜੇ ਚੰਡੀਗੜ੍ਹ ਹੁੰਦੇ ਜਾਂ ਕਿਤੇ ਹੋਰ ਹੁੰਦੇ ਤਾਂ ਵਧੀਆ ਮਾਹੌਲ ਹੋ ਸਕਦਾ। ਸਰ ਦੇਖੋ, ਪਹਿਲਾਂ ਤੁਸੀਂ ਪਿੰਡ 'ਚ ਜਿਹੜੀ ਸਕੂਲ ਦੀ ਲਾਇਬ੍ਰੇਰੀ ਸੀ ਉੱਥੇ ਹੀ ਪੜ੍ਹਦੇ ਸੀਗੇ ਕਿ ਅਸੀਂ ਹੁਣ ਤਾਂ ਪਿੰਡ 'ਚ ਲਾਇਬ੍ਰੇਰੀ ਖੁੱਲ੍ਹ ਗਈ, ਅਸੀਂ ਹੁਣ ਜਿਹੜਾ ਹੁਣ ਸਾਰਾ ਕੁਛ ਪੜ੍ਹ ਸਕਦੇ ਹਾਂ, ਆਪਣੀ ਜਿਹੜੀ ਆਪਣਾ ਨੌਲੇਜ ਲੈਣੀ ਆ ਆਪਾਂ। ਮੁੰਡੇ ਘੱਟ ਨੇ ਇੱਥੇ? ਸਰ ਹੁਣ ਅੱਧੇ ਗਰਾਊਂਡ 'ਚ ਹੁੰਦੇ ਨੇ, ਖੇਡਦੇ ਹੁੰਦੇ ਨੇ। ਬਣਨਾ ਚਾਹੁੰਦੇ? ਸਰ ਮੈਂ ਬਿਜ਼ਨਸਮੈਨ ਬਣਨਾ ਚਾਹੁੰਦਾ। ਤੁਸੀਂ ਕੀ ਬਣਨਾ ਚਾਹੁੰਦੇ? ਸਿੰਗਰ। ਹੈ? ਸਿੰਗਰ। ਸਿੰਗਰ ਸਿੰਗਰ ਗਾਣੇ ਸੁਣਾਓ। ਕਿਹੜੀ ਕਿਤਾਬ ਕਿਹੜੀ ਪੜ੍ਹ ਰਹੇ ਹੋ? ਰਹੱਸੇ। ਤੁਸੀਂ ਕਿਹੜੀ ਕਿਤਾਬ ਪੜ੍ਹ ਰਹੇ ਹੋ? ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਹੈ, ਖਾਲਸਾ ਰਾਹ ਤੇ ਵਿਦੇਸ਼ੀ ਕਰਿੰਦੇ ਜੀ। ਅਮੂਮਨ ਗੂਗਲ ਦਾ ਸਹਾਰਾ ਲਿਆ ਜਾਂਦਾ ਵਾ, ਇਸ ਤਰੀਕੇ ਦੀ ਲਾਇਬ੍ਰੇਰੀ ਨਾਲ ਫਾਇਦਾ ਹੋਏਗਾ? ਹਾਂਜੀ ਹੋਏਗਾ ਜੀ, ਫਾਇਦਾ ਹੋਏਗਾ। ਹਾਂਜੀ ਠੀਕ ਹੈ। ਕੁਛ ਹੋਰ ਮੁੰਡੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ। ਬਾਈ ਤੁਸੀਂ ਕਿਤਾਬਾਂ ਨਹੀਂ ਪੜ੍ਹ ਰਹੇ, ਤੁਸੀਂ ਜਿਹੜਾ ਇੰਟਰਨੈਟ ਤੇ ਦੇਖ ਰਹੇ ਹੋ? ਇੰਟਰਨੈਟ ਟੈਕਨੋਲੋਜੀ ਨਾਲ ਜੁੜੇ ਹੋਏ ਅਸੀਂ। ਕਿਤਾਬਾਂ ਪੜ੍ਹਦੇ ਹੋ? ਪੜ੍ਹਦੇ ਹਾਂ ਜ਼ਰੂਰ। ਇੰਟਰਨੈਟ ਚੱਲਦਾ? ਚੱਲਦਾ ਜੀ। ਪਿੰਡਾਂ 'ਚ ਜ਼ਿਆਦਾ ਨੈੱਟ ਲਾਇਬ੍ਰੇਰੀ 'ਚ ਹੁੰਦਾ ਨਹੀਂ? ਕਈ ਵਾਰ ਹੁੰਦਾ ਹੀ ਹੁੰਦਾ ਹੈ, ਵਾਈਫਾਈ ਵਧੀਆ ਸੁਵਿਧਾ ਪ੍ਰਦਾਨ ਕੀਤੀ ਹੋਈ, ਸਾਰਾ ਨੈੱਟ ਚੱਲਦਾ ਜੀ ਇੱਥੇ। ਤੁਸੀਂ ਕੀ ਬਣਨਾ ਚਾਹੁੰਦੇ? ਮੈਂ ਜੀ ਬਿਜ਼ਨਸਮੈਨ। ਬਿਜ਼ਨਸਮੈਨ। ਤੁਸੀਂ? ਸਰ ਆਈ ਵਾਂਟ ਟੂ ਬਿਕਮ ਪੁਲਿਸ ਆਫਿਸਰ। ਪੁਲਿਸ ਆਫਿਸਰ। ਤੇ ਮੁੰਡੇ ਜ਼ਿਆਦਾ ਕਿਤਾਬਾਂ ਵਾਲੇ ਪਾਸੇ ਜਾਂਦੇ ਨਹੀਂ ਹੈ? ਸਰ ਉਹ ਫੋਨ 'ਚ ਗੁੱਡੇ ਰਹਿੰਦੇ ਨੇ, ਤੇ ਸਰ ਕੋਈ ਜਾਣੀ ਕਿ ਹੁਣ ਕਿਸੇ ਨੂੰ ਵੀ ਆਪਦੀ ਕਰੀਅਰ ਬਾਰੇ ਨਹੀਂ ਹੈਗਾ, ਕੋਈ ਵਿਹਲੜ ਫਿਰਦਾ ਯਾਰ ਦਲ ਫਰੀ ਜਾਂਦੇ ਨੇ। ਠੀਕ ਹੈ, ਇੱਕ ਸੋਹਣੀ ਤਸਵੀਰ ਹੈ, 900 ਤੋਂ ਵੱਧ ਕਿਤਾਬਾਂ ਪਈਆਂ ਹੋਈਆਂ ਨੇ, ਸਰਕਾਰੀ ਲਾਇਬ੍ਰੇਰੀ ਹੈ ਜਿਹੜੀ ਪਹਿਲੀ ਨਜ਼ਰ 'ਚ ਨਜ਼ਰ ਨਹੀਂ ਆਉਂਦੀ। ਜੇਕਰ ਹਰੇਕ ਪਿੰਡ 'ਚ, ਪੰਜਾਬ 'ਚ 12,000 ਪਿੰਡ ਨੇ, ਇਸੇ ਤਰੀਕੇ ਦੀ ਲਾਇਬ੍ਰੇਰੀ ਬਣੇ ਔਰ ਜਿਹੜਾ ਮਾਹੌਲ ਸਿਰਜਿਆ ਜਾਂਦਾ ਵਾ ਉਸ ਦੇ ਨਾਲ ਕਿਤੇ ਨਾ ਕਿਤੇ ਨੌਜਵਾਨ ਜਿਹੜੇ ਨੇ ਉਹ ਨਸ਼ੇ ਤੋਂ ਵੀ ਦੂਰ ਹੁੰਦੇ ਨੇ ਔਰ ਇਸ ਤਰੀਕੇ ਦਾ ਮਾਹੌਲ, ਇਸ ਤਰੀਕੇ ਦੀ ਤਸਵੀਰ ਜਿਹੜੀ ਹੈ ਇਹ ਖਿੱਚਦੀ ਜ਼ਰੂਰ ਹੈ ਕਿ ਅਸੀਂ ਵੀ ਕੁਛ ਪੜ੍ਹੀਏ, ਕੁਛ ਦੇਖੀਏ, ਕਿਉਂਕਿ ਜੇ ਵਿਰਸਾ ਪੜ੍ਹਾਂਗੇ, ਕਿਤਾਬਾਂ ਪੜ੍ਹਾਂਗੇ ਤਾਂ ਅੱਗੇ ਵਧਾਂਗੇ। ਲੇਕਿਨ ਅੱਜ ਕੱਲ੍ਹ ਨੌਜਵਾਨ ਜਿਹੜੇ ਨੇ ਜ਼ਿਆਦਾ ਵਿਦੇਸ਼ਾਂ ਨੂੰ ਤਵੱਜੋ ਦਿੰਦੇ ਨੇ ਕਿਉਂਕਿ ਮਾਹੌਲ ਨਹੀਂ ਹੁੰਦਾ। ਲੇਕਿਨ ਹੁਣ ਇੱਥੇ ਲਾਇਬ੍ਰੇਰੀ ਬਣੀ ਹੈ ਔਰ 250 ਲਾਇਬ੍ਰੇਰੀਆਂ ਕਿਹਾ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਬਣਾਈਆਂ ਗਈਆਂ ਨੇ ਔਰ ਤਕਰੀਬਨ 200 ਹੋਰ ਲਾਇਬ੍ਰੇਰੀ ਬਣਾਉਣੀਆਂ ਨੇ। ਲੁਧਿਆਣੇ ਦੀ ਗੱਲ ਕੀਤੀ ਜਾਵੇ 42 ਲਾਇਬ੍ਰੇਰੀਆਂ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ ਔਰ ਇਹ ਬੇਹੱਦ ਸੋਹਣੀ ਤਸਵੀਰ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਕਿ ਲਾਇਬ੍ਰੇਰੀ ਦੇ ਵਿੱਚ ਹੁਣ ਵਿਦਿਆਰਥੀ ਆਉਣਾ ਸ਼ੁਰੂ ਹੋ ਗਏ ਨੇ, ਮੋਬਾਈਲਾਂ 'ਚ ਸਮਾਂ ਜਿਹੜਾ ਵਾ ਉਹ ਘੱਟ ਵੇਸਟ ਕਰ ਰਹੇ ਨੇ। ਆਪਣੇ ਸਹਿਯੋਗੀ ਸੁਖਜਿੰਦਰ ਦੇ ਨਾਲ ਪੰਕਜ ਕਪਾਹੀ, ਨਿਊਜ਼ 18 ਇਸਰੋ ਪਿੰਡ।